ਸਤਿ ਸ਼੍ਰੀ ਅਕਾਲ ਜੀ, ਮੈਂ ਮੁਨੀਸ਼ ਓਮ ਗਲੋਬਲ ਬਠਿੰਡਾ ਤੋਂ। ਅੱਜ ਮੇਰੇ ਨਾਲ ਇੱਕ ਸਟੂਡੈਂਟ ਨੇ, ਲਵਪ੍ਰੀਤ ਸਿੰਘ। ਇਹਨਾਂ ਦਾ ਕੈਨੇਡਾ ਦਾ ਵੀਜ਼ਾ ਹੈ, ਤਾਂ ਇਹਨਾਂ ਦੇ ਵੀਜ਼ਾ ਬੜਾ ਹੀ ਮਤਲਬ ਇੱਕ ਜਰਨੀ ਜੋ ਇਹਨਾਂ ਦੀ ਰਹੀ, ਅਤੇ ਕਾਫੀ ਰਿਫਿਊਜ਼ਲ ਤੋਂ ਬਾਅਦ ਇਹਨਾਂ ਦਾ ਵੀਜ਼ਾ ਆਇਆ। ਬੱਚਾ 12th ਪਾਸ ਆਊਟ ਹੈ 2017 ਦੇ ਵਿੱਚ, 6 ਓਵਰਆਲ, 1 ਮੋਡਿਊਲ 5.5 ਹੈਗਾ। 7 ਵਾਰ ਬੱਚਾ ਕੈਨੇਡਾ ਤੋਂ ਰਿਫਿਊਜ਼ ਹੈ, ਔਰ ਮੋਰ ਦੈਨ 6 ਈਅਰ ਦਾ ਗੈਪ ਹੈ। ਤਾਂ ਅੱਜ ਇਹਨਾਂ ਦਾ ਮੇਨ ਡੇਟ ਦਾ ਵੀਜ਼ਾ ਆਇਆ, ਇਹਨਾਂ ਨੂੰ ਵੀਜ਼ਾ ਆਪਾਂ ਹੈਂਡ ਓਵਰ ਕਰਦੇ ਹਾਂ, ਅਤੇ ਇਹਨਾਂ ਦੀ ਵਿਊਜ਼ ਨੋਟ ਕਰਦੇ ਹਾਂ ਕਿ ਓਮ ਗਲੋਬਲ ਨਾਲ ਇਹਨਾਂ ਦੀ ਜਰਨੀ ਕਿਵੇਂ ਰਹੀ। ਬਹੁਤ ਬਹੁਤ ਮੁਬਾਰਕਾਂ ਲਵਪ੍ਰੀਤ। ਵੈਲ, ਮੇਰਾ ਨਾਮ ਲਵਪ੍ਰੀਤ ਸਿੰਘ ਹੈ, ਅਤੇ ਮੈਂ ਮਲੋਟ ਤੋਂ ਬਿਲੋਂਗ ਕਰਦਾ। ਸਰ ਨੇ ਕੰਸਲਟ ਤੋਂ ਕਰਨ ਤੋਂ ਬਾਅਦ ਮੈਨੂੰ ਬਹੁਤ ਵਧੀਆ ਲੱਗਾ, ਅਤੇ ਮੈਂ ਵੀਜ਼ਾ ਆਪਦਾ 1 ਮਹੀਨੇ ਦੇ ਵਿੱਚ ਹੀ ਹਾਸਿਲ ਕਰ ਲਿਆ। ਅਤੇ ਮੈਨੂੰ ਇਸ ਕੰਪਨੀ ਬਾਰੇ ਪਤਾ ਲੱਗਾ ਸੀ ਆਪਦੇ ਫਾਦਰ ਤੋਂ, ਜਿਨ੍ਹਾਂ ਨੇ ਫੇਸਬੁੱਕ ਦੇ ਥਰੂ ਇਹਨਾਂ ਦੀ ਵੀਡੀਓ ਦੇਖੀ, ਅਤੇ ਬਾਅਦ 'ਚ ਮੈਨੂੰ ਇੱਥੇ ਲੈ ਕੇ ਆਏ। ਸਰ, ਤੁਹਾਡਾ ਇੱਥੇ ਆਉਣ ਤੋਂ ਪਹਿਲਾਂ ਕਿਸ ਤਰ੍ਹਾਂ ਦਾ ਤੁਹਾਡਾ ਓਪੀਨੀਅਨ ਰਿਹਾ ਕੈਨੇਡਾ ਬਾਰੇ? ਕਿੰਨੇ ਪੈਸੇ ਤੁਸੀਂ ਇਨਵੈਸਟ ਕਰ ਚੁੱਕੇ ਸੀ ਜਾਂ ਖਰਾਬ ਕਰ ਚੁੱਕੇ ਸੀਗੇ, ਉਹਦੇ ਬਾਰੇ ਥੋੜ੍ਹਾ ਪਲੀਜ਼ ਦੱਸੋ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਦੇਵ ਸਿੰਘ ਮਲੋੜ ਤੋਂ। ਮੇਰਾ ਬੱਚਾ 7 ਵਜੇ ਤੋਂ ਰਿਫਿਊਜ਼ਲ ਹੋ ਚੁੱਕਿਆ ਸੀ, ਜੋ ਕਿ ਮੈਂ ਫੇਸਬੁੱਕ ਦੇ ਜ਼ਰੀਏ ਆਗੇ ਓਮ ਗਲੋਬਲ ਸਰਵਿਸ ਤੋਂ ਮਿਲਿਆ। ਮਨੀਸ਼ ਸਰ, ਮਨਾਕਸ਼ੀ ਮੈਡਮ ਨੂੰ ਬਹੁਤ ਅੱਛਾ ਢੰਗ ਨਾਲ ਇਹਨਾਂ ਨੇ ਸਾਨੂੰ ਗਾਈਡ ਕੀਤਾ। ਅੱਜ ਸਾਡਾ 7 ਰਿਫਿਊਜ਼ਲਾਂ ਤੋਂ ਬਾਅਦ ਵੀਜ਼ਾ ਬੱਚੇ ਦਾ ਆ ਗਿਆ। ਬਹੁਤ ਬਹੁਤ ਧੰਨਵਾਦ ਸਰ ਦਾ।